ਹਾਂਜੀ ਮਿੱਤਰੋ, ਚੋਰ ਦਿਲ ਫਿਲਮ ਨੂੰ ਨਾ ਦੇਖਣ ਜਾਈਓ ਕਿਉਂਕਿ ਫਿਲਮ ਵਿੱਚ ਡਬਲ ਮੀਨਿੰਗ ਹੋਣ ਦੇ ਨਾਲ ਨਾਲ ਨਾ ਓਏ ਪੰਜਾਬੀ ਫਿਲਮ ਹੈ ਕੁਝ ਦੂਜੇ ਸੀਨ ਵੀ ਦੇਖਣ ਨੂੰ ਹੋਣਗੇ। ਫਿਲਮ ਵਿੱਚ ਜਗਜੀਤ ਸਿੱਧੂ ਚੋਰੀਆਂ ਕਰਦਾ ਨਜ਼ਰ ਆਊਗਾ ਕਿਉਂਕਿ ਜਗਜੀਤ ਸਿੱਧੂ ਦੇ ਦਿਲ ਕਿਸੇ ਹੋਰ ਦਾ ਪਾਇਆ ਹੁੰਦਾ। ਕੀ ਬਾਤ ਕਰ, ਇਸ ਕਰਕੇ ਚੋਰੀਆਂ ਮੈਂ ਨਹੀਂ, ਮੇਰਾ ਦਿਲ ਚੋਰੀ ਕਰਦਾ, ਮੇਰੇ ਅੰਦਰ ਮੇਰੇ ਜੀਜਾ ਜੀ ਦਾ ਦਿਲ ਹੈ। ਮੂਵੀ ਓਵਰਆਲ ਕਮੇਡੀ, ਐਂਟਰਟੇਨਮੈਂਟ ਤੇ ਲਵ ਸਟੋਰੀ ਨਾਲ ਭਰਪੂਰ ਹੋਣ ਵਾਲੀ ਆ। ਦੇਖੋ ਮਿੱਤਰੋ, ਫਿਲਮ ਸੁਪਰ ਹਿੱਟ ਤਾਂ ਨਹੀਂ ਜਾਣੀ ਕਿਉਂਕਿ ਚੋਰ ਦਿਲ ਫਿਲਮ ਮੈਨੂੰ ਤਾਂ ਠੀਕ ਠਾਕ ਲੱਗੀ। ਤੁਹਾਡਾ ਕੀ ਵਿਚਾਰ ਹੈ ਇਸ ਉੱਪਰ ਕਮੈਂਟ ਕਰਕੇ ਜ਼ਰੂਰ ਦੱਸਿਓ। ਸਤਿ ਸ਼੍ਰੀ ਅਕਾਲ ਜੀ।